ਹਾਂਜੀ ਮਿੱਤਰੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ। ਅਤੇ ਜਿਹੜੀ ਆਪਾਂ ਨਵੀਂ ਦੁਕਾਨ ਪਾਉਣੀ ਸੀ, ਮਤਲਬ ਜਿਹੜਾ ਪਹਿਲਾ ਪਾਰਟ ਪਾਇਆ ਹੋਇਆ ਗਾ ਯੂਟਿਊਬ 'ਤੇ, ਅਤੇ ਹੁਣ ਦੂਜਾ ਪਾਰਟ ਪਾ ਰਹੇ ਹਾਂ ਵੀ ਇਹਦੇ ਵਿੱਚ ਆਪਾਂ ਨਿਵਾਂ ਪੱਟ ਰਹੇ ਹਾਂ ਜੇ ਸੀ ਬੀ ਦੇ ਨਾਲ ਹੱਥਣ ਦਾ ਸਮਾਂ, ਅਤੇ ਨਿਵਾਂ ਨੂੰ ਆਪਾਂ ਪੱਟ ਕੇ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਉਣਾ। ਮੈਂ ਇੱਧਰ ਸਾਈਡ 'ਤੇ ਜਾ ਕੇ ਪਤਾ ਨਹੀਂ ਉੱਥੋਂ ਵੀ ਕਿੱਥੇ ਦੀ ਇੱਥੇ ਫਰੰਟ ਕੱਢਾ ਗਿਆ, ਆਪਾਂ 22 ਫੁੱਟ ਫਰੰਟ ਆ ਸਾਰਾ ਇਹਦਾ ਦੁਕਾਨ ਦਾ ਆਪਣੀ ਦਾ ਜਿਹੜਾ ਥਾਂ ਲਿੱਤਾ। ਅਤੇ ਆਪਾਂ ਨੂੰ ਦੀਪਕ ਢਾਬੇ ਨੇੜੇ ਪੈਂਦਾ ਹੈ, ਇੱਧਰ ਦੀਪਕ ਢਾਬਾ ਘਨੌਲੇ, ਅਤੇ ਤੁਸੀਂ ਦੇਖੋ ਐਂਡ ਤੱਕ ਸੁੰਦਰ ਹੋਣੇ ਆ ਵੀ ਨਿਵਾਂ ਪੱਟ ਕੇ ਸਾਰੀਆਂ ਏ ਟੂ ਜੈਡ ਚੀਜ਼ਾਂ, ਉਦੋਂ ਬਾਅਦ ਕੀ ਕਰਾਂਗੇ ਇਕੱਲਾ ਇਕੱਲਾ ਸਟੈਪ ਦੱਸਾਂਗੇ ਸਾਰੀ ਦੁਕਾਨ ਪਾਉਂਦੀ ਏ ਟੂ ਜੈਡ ਪੂਰਾ ਸਾਰੇ ਪਾਰਟ ਪਾਊਂ ਮੈਂ ਯੂਟਿਊਬ 'ਤੇ। ਬਾਈ ਬਣ ਕੇ ਸਬਸਕ੍ਰਾਈਬ ਕਰ ਦਿਓ ਬਸ ਚੈਨਲ ਨੂੰ, ਅਤੇ ਲਾਈਕ ਅਤੇ ਸ਼ੇਅਰ ਕਰ ਦਿਓ ਵੀਡੀਓ ਨੂੰ। ਹਾਂ, ਅਤੇ ਆਪਾਂ ਪੱਟਣਾ ਸਟਾਰਟ ਕਰ ਦਿੱਤਾ ਜੇ ਸੀ ਬੀ ਦੇ ਨਾਲ, ਅਤੇ ਨਿਵਾਂ ਪੱਟ ਰਹੇ ਨੇ ਪਿੱਛੋਂ ਗੱਲਾਂ ਦੇਗੇ ਮੂਰ ਤੱਕ ਦੋਨੋਂ ਸਟਾਰਟਿੰਗ ਤੱਕ ਨਿਵਾਂ ਪੱਟਦੇ ਜਾਣਗੇ। ਅਤੇ ਇਹ ਥਾਂ 'ਤੇ ਆਪਾਂ ਮਤਲਬ ਕੋਈ ਮੈਪ ਨਹੀਂ ਤਿਆਰ ਕਰਿਆ ਹਜੇ ਤੱਕ ਵੀ ਕਿ ਦੁਕਾਨ ਬਣਾਉਣੀ ਆ, ਪਰ ਜਲਦੀ ਕਰਾਂਗੇ ਵੀ ਨਕਸ਼ਾ ਬਣਾਵਾਂਗੇ, ਅਤੇ ਮੈਂ ਯੂਟਿਊਬ ਦੇ ਥੰਬਣੇ ਉਹਦੇ ਉੱਤੇ ਲੈ ਕੇ ਸਾਰਾ ਕੁਝ ਪਾਊਂਗਾ, ਏ ਟੂ ਜੈਡ ਕਮਿਊਨਿਟੀ 'ਚ ਵੀ ਪਾਊਂਗਾ। ਅਤੇ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਕਰ ਦਿਓ ਅਤੇ ਸ਼ੇਅਰ ਜ਼ਰੂਰ ਕਰ ਦਿਓ। ਅਤੇ ਇਹ ਦੁਕਾਨ ਆਪਣੀ ਮਤਲਬ ਜਿਹੜਾ ਭੀਖੀ ਬਲਾਡਾ ਮੋੜ ਹੈ, ਦੀਪ ਢਾਬੇ ਵਾਲਾ ਭੀਖੀ ਬਲਾਡਾ ਤੁਰਦਿਆਂ ਉੱਥੇ ਜਿਹੜਾ ਮੋੜ ਆ, ਉੱਥੇ ਜਿਹੜਾ ਵੱਡਾ ਬੋਰਡ ਲੱਗਾ ਹੈ ਉਹਦੀ ਸਾਈਡ 'ਤੇ ਸੱਜੇ ਪਾਸੇ ਆਪਣੀ ਦੁਕਾਨ ਹੈ। ਇਹ ਆਪਾਂ ਥਾਂ ਲਿੱਤਾ ਸੀ, ਇਹਦਾ ਫਰੰਟ 22 ਫੁੱਟ ਆ ਅਤੇ 102 ਫੁੱਟ ਲੰਮੀ ਆ ਇਹ ਥਾਂ। ਅਤੇ ਹੁਣ ਆਪਾਂ ਆਹ ਪੱਟ ਕੇ ਤੋਂ ਬਾਅਦ ਮਿਸਤਰੀ ਲਾਉਣਾ 2-3 ਦਿਨਾਂ ਤੱਕ, ਅਤੇ ਉਦੋਂ ਬਾਅਦ ਬਲੌਗ ਆਈ ਜਾਣਗੇ, ਰੋਜ਼ ਬਲੌਗ ਆਇਆ ਕਰੂਗਾ। ਮਤਲਬ ਜਿੱਥੇ ਮਿਸਤਰੀ ਆਏਗਾ ਸਾਰਾ ਕੰਮ ਸਟਾਰਟ ਕਰਤਾ, ਰੋਜ਼ 10-15 ਮਿੰਟਾਂ ਦਾ ਬਲੌਗ ਆਇਆ ਕਰੂ। ਜੇ ਵੱਧ ਕਰਨਾ ਜਾਂ ਘੱਟ ਕਰਨਾ ਬਲੌਗ ਤਾਂ ਕਮੈਂਟ ਵਿੱਚ ਦੱਸ ਦਿਓ, ਅਤੇ ਬਣੇ ਰਹੋ ਸਾਡੇ ਚੈਨਲ ਦੇ ਨਾਲ। ਲਵ ਯੂ ਆ ਸਾਰਿਆਂ ਨੂੰ, ਅਤੇ ਅੱਗੇ ਦੇਖੋ।
ਤੇ ਹੁਣ ਜਮਾਂ ਸਟਾਰਟਿੰਗ ਤੇ ਆ ਗਏ ਨੇ ਤੇ ਇਥੋਂ ਪੱਟ ਕੇ ਥੋੜਾ ਥਾਂ ਤੇ ਇਦੋਂ ਬਾਅਦ ਚ ਬਸ ਜੀਸੀਬੀ ਵਾਲੇ ਜਾਣਗੇ ਤੇ ਬਸ ਆਪਾਂ ਲੱਗ ਜਾਣਾ ਦੋ ਕੁ ਦਿਨਾਂ ਨੂੰ ਲੱਗ ਜਾਣਾ ਆਪਾਂ ਦੁਕਾਨ ਪਾਉਣ ਤੇ ਫਿਰ ਤੁਹਾਨੂੰ ਅੱਗੇ ਵਲੌਗ ਪਾਵਾਂਗੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸਾਰਾ ਕੁਛ ਕਰਾਂਗੇ ਬਸ ਬਣੇ ਰਹੋ ਬਾਈ ਸਪੋਰਟ ਕਰੋ ਸਾਰਿਆਂ ਨੇ ਸ਼ੇਅਰ ਵਾਲਾ ਕੰਮ ਹੋ ਗਿਆ ਤੇ ਜੀਸੀਬੀ ਹੁਣ ਜਾ ਰਹੀ ਆ ਸਾਰੀਆਂ ਨੇ ਮੈਂ ਪੱਟਤੀਆਂ ਸਾਈਡ ਤੋਂ ਤੇ ਤੁਹਾਨੂੰ ਮੈਂ ਦਿਖਾਉਣਾ ਵੀ ਕਿੱਥੇ ਤੱਕ ਪੱਟੀਆਂ ਨੇ ਨਵਾਂ ਤੁਰ ਤੱਕ ਦਿਖਾਉਣਾ ਜੀਸੀਬੀ ਤਾਂ ਮਿੱਤਰੋ ਚਲੀ ਗਈ ਤੁਹਾਨੂੰ ਮੈਂ ਦਿਖਾਉਣਾ ਹਨੇਰਾ ਕਾਫੀ ਆ ਇੱਥੇ ਪਿੱਲਰ ਲਾਉਣਾ ਹਨੇਰੇ ਕਰਕੇ ਵੈਸੇ ਦਿਸਦਾ ਨਹੀਂ ਸਾਫ ਇੱਥੇ ਪਿੱਲਰ ਲਾਉਣਾ ਇਹ ਡੂੰਘਾ ਥਾਂ ਅਤੇ ਗਾਹਾਂ ਤੱਕ ਨਿਓ ਪੱਟੀ ਹੋਈ ਹੈ ਆਹ ਮਿੱਟੀ ਪਈ ਆ ਅਤੇ ਜਿਹੜੀ ਆਪਾਂ ਦੁਕਾਨ ਨਵੀਂ ਪਾ ਰਹੇ ਹਾਂ ਦੀਪਕ ਢਾਬੇ ਦੇ ਨੇੜੇ ਆ ਜਿਹੜਾ ਭੀਖੀ ਵਾਲਾ ਮੋੜ ਮੁੜਦੇ ਆਪਾਂ ਦੀਪਕ ਢਾਬੇ ਦੇ ਕੋਲੋਂ ਉੱਥੇ ਜਿਹੜਾ ਵੱਡਾ ਬੋਰਡ ਆ ਆਹ ਲੱਗਿਆ ਹੋਇਆ ਉਹਦੇ ਨਾਲ ਹੀ ਆ ਦੁਕਾਨ ਆਪਣੀ ਦਿਖਾਵਾਂਗੇ ਤੁਹਾਨੂੰ ਤੇ ਬਣੇ ਰਹੋ ਸਾਡੇ ਚੈਨਲ ਜੀਓ ਚਹਿਲ ਜੀਓ ਦੇ ਨਾਲ ਧੰਨਵਾਦ ਲਵ ਯੂ ਆਲ ਬਾਏ।